तीजा श्लोक तरना पो यो ही गयो लियो जरा तन जीत कहो नानक पज हर मना औध जात है बीत। शब्दार्थ जरा, इसका अर्थ है जरा अथवा बुढ़ेपा। तरना पो, इसका अर्थ है तरुण, जवानी, यूथ। इसके लफ्जी अर्थ करिए ता बहुत सोखा जा जापदा है कि जवानी तेरी यूं ही बेकार दे कम्मा विच गई, बुढ़ेपे ने तेनू घेर लिया। इत्थे ये सवाल पैदा होंदा है कि ये श्लोक बच्चियां लई जा जवाना लई नहीं है। नोट, गुरबाणी दे अर्थ करदियां ये नुक्ता जरूर ध्यान रखिए कि गुरबाणी हर उम्र दे मनुख उते इक्को जी लागू होंदी है। इस पक्षों अर्थ करन लई मेहनत करनी चाहिए है। हुण असी अगले श्लोक नु भी नाल नाल विचारिए। कहते हैं चौथा श्लोक, बीरद पयो सूझे नहीं काल पहुंचो आन कहो नानक नर बावरे क्यों ना पजै भगवान। ਜਦੋਂ ਗੁਰਬਾਣੀ ਦੀ ਸ਼ਬਦਾਵਲੀ ਨੂੰ ਸਮਝਣਾ ਹੋਵੇ ਤਾਂ ਪਰਿਭਾਸ਼ਾ ਵੀ ਗੁਰਬਾਣੀ ਵਿੱਚੋਂ ਹੀ ਲੱਭਣੀ ਚਾਹੀਦੀ ਹੈ। ਸਾਡੀ ਬੋਲੀ ਵਿੱਚ ਬੱਚੇ, ਜਵਾਨ ਅਤੇ ਬੁੱਢੇ ਦੀ ਪਰਿਭਾਸ਼ਾ ਸਰੀਰਕ ਤਲ ਤੱਕ ਸੀਮਤ ਹੈ, ਪਰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਸਮਝੀਏ ਕਿ ਅਸੀਂ ਜਵਾਨ ਹਾਂ ਜਾਂ ਬੁੱਢੇ। ਗੁਰਬਾਣੀ ਕਿਸ ਨੂੰ ਬੱਚਾ, ਜਵਾਨ ਅਤੇ ਬੁੱਢਾ ਕਹਿੰਦੀ ਹੈ? ਗੁਰਬਾਣੀ ਸਰੀਰਕ ਉਮਰ ਦੀ ਗੱਲ ਨਹੀਂ ਕਰਦੀ। ਫਰੀਦ ਜੀ ਕਹਿੰਦੇ ਹਨ, ਫਰੀਦਾ ਕਾਲੀ ਜਿੰਨੀ ਨਾ ਰਾਵਿਆ ਤੌਲੀ ਰਾਵੈ ਕੋਈ ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ ਮਹਿਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਭਿਰਮ ਨਾ ਲੱਗਈ ਜੇ ਲੋਚੈ ਸਭ ਕੋਏ ਇਹ ਭਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ। ਆਮ ਤੌਰ ਤੇ ਬਜ਼ੁਰਗਾਂ ਕੋਲ ਬੈਠੋ ਤਾਂ ਉਹ ਕਹਿੰਦੇ ਹਨ ਕਿ ਥੋੜ੍ਹਾ ਉੱਚਾ ਬੋਲੋ, ਸੁਣਾਈ ਨਹੀਂ ਦਿੰਦਾ, ਗੋਡੇ ਪਕੜਦੇ ਹਨ, ਖੜਾ ਨਹੀਂ ਹੋ ਸਕਦਾ, ਕੰਮ ਨਹੀਂ ਕਰ ਸਕਦਾ, ਅੱਖਾਂ ਕੰਮ ਨਹੀਂ ਕਰਦੀਆਂ, ਠੀਕ ਸੁਣਾਈ ਵੀ ਨਹੀਂ ਦਿੰਦਾ। ਖਾਣਾ ਚਾਹੁੰਦਾ ਹਾਂ ਪਰ ਦੰਦ ਨਹੀਂ ਹਨ। ਇਹ ਭਜਨ ਕਰਨਾ ਚਾਹੁੰਦਾ ਹਾਂ ਪਰ ਕੁਝ ਕਰ ਨਹੀਂ ਸਕਦਾ। ਜੋ ਨੌਜਵਾਨ ਭਾਵੇਂ 16 ਵਰਿਆਂ ਦਾ ਹੈ ਲੇਕਿਨ ਜੇ ਉਹ ਸੱਚ ਨਹੀਂ ਸੁਣਨਾ ਚਾਹੁੰਦਾ ਤਾਂ ਮਾਨੋ ਉਹ ਬੁੱਢਾ ਹੋ ਗਿਆ ਹੈ, ਕਿਉਂਕਿ ਕੰਨ ਕੰਮ ਨਹੀਂ ਕਰ ਰਹੇ, ਸੱਚ ਸੁਣਨਾ ਨਹੀਂ ਚਾਹੁੰਦੇ। ਜੇ ਸੱਚ ਦਿਖਦਾ ਨਹੀਂ ਹੈ ਤਾਂ ਮਾਨੋ ਕਿ ਉਹ ਬੁੱਢਾ ਹੈ, ਉਸ ਦੀਆਂ ਅੱਖਾਂ ਖਰਾਬ ਹੋ ਗਈਆਂ ਹਨ। ਮਨੁੱਖ ਜਦੋਂ ਵੀ ਸੱਚ ਲੈਂਦਾ ਹੈ ਤਾਂ ਉਸਦੀ ਮਾਨਸਿਕ ਬਿਰਤੀ ਬੱਚੇ ਦੇ ਭੋਲੇਪਨ ਵਰਗੀ ਹੋ ਜਾਂਦੀ ਹੈ। ਪਾਇਓ ਬਾਲ ਬੁੱਧ ਸੁਖ ਰੇ ਅਤੇ ਭੋਲੇ ਪਾਏ ਮਿਲੇ ਰਘੁਰਾਇਆ। ਭੋਲਾਪਨ ਇਹ ਹੈ ਕਿ ਜੋ ਦਿੱਤਾ ਜਾ ਰਿਹਾ ਹੈ ਉਹ ਲੈਣ ਲਈ ਤਿਆਰ ਹੈ। ਮਨੁੱਖ ਜਿਸ ਮਰਜ਼ੀ ਉਮਰ ਦਾ ਹੋ ਜਾਵੇ, ਜਦੋਂ ਵੀ ਜਿਸ ਵੇਲੇ ਵੀ ਸੱਚ ਨੂੰ ਲੈਣਾ ਚਾਹੁੰਦਾ ਹੈ ਜਾਂ ਲੈ ਲੈਂਦਾ ਹੈ ਤਾਂ ਇਹ ਬਚਪਨ ਦੀ ਕੋਮਲ ਬੁੱਧੀ ਦੀ ਨਿਸ਼ਾਨੀ ਹੈ।
ਭੋਲੇਪਨ ਦੀ ਨਿਸ਼ਾਨੀ ਹੈ ਕਿ ਸੱਚ ਆਉਣ ਦਿਓ। ਅੱਜ ਕਿਸੇ ਨੌਜਵਾਨ ਨਾਲ ਜੇ ਧਾਰਮਿਕਤਾ ਦੀ ਗੱਲ ਕਰੋ ਤਾਂ ਉਹ ਕਹਿੰਦਾ ਹੈ ਕਿ ਇਹ ਕਿਤਾਬੀ ਗੱਲਾਂ ਹਨ। ਹਰ ਨੌਜਵਾਨ ਅੱਜ ਬੁੱਢਾ ਹੈ ਜੇ ਉਹ ਇਹ ਬਹਾਨਾ ਕਰਦਾ ਹੈ ਕਿ ਇਹ ਕਿਤਾਬੀ ਗੱਲਾਂ ਹਨ। ਜਦੋਂ ਸੱਚ ਲੈਣ ਦੀ ਸਮਰੱਥਾ ਖਤਮ ਹੋ ਜਾਏ ਤਾਂ ਸਮਝੋ ਕਿ ਬੁਢਾਪਾ ਹੈ। ਜਿਸ ਨੂੰ ਅਸੀਂ ਕਿਤਾਬੀ ਗੱਲਾਂ ਕਹਿੰਦੇ ਹਾਂ ਉਹਨਾਂ ਦਾ ਪਤਾ ਸੜਕ 'ਤੇ ਪੈਦਲ ਤੁਰਦਿਆਂ ਜਾਂ ਗੱਡੀ ਚਲਾਉਂਦਿਆਂ ਹੀ ਲੱਗ ਜਾਂਦਾ ਹੈ। ਜਦੋਂ ਹੌਰਨ ਵਜਾ ਕੇ ਕੋਈ ਸਾਡੇ ਤੋਂ ਅੱਗੇ ਓਵਰਟੇਕ ਕਰਕੇ ਗੱਡੀ ਲੈ ਜਾਵੇ ਤਾਂ ਮੱਥੇ 'ਤੇ ਹੱਥ ਮਾਰਦੇ ਹਾਂ ਜਾਂ ਗਾਲਾਂ ਕੱਢਦੇ ਹਾਂ। ਅੱਜ ਦੇ ਨੌਜਵਾਨ ਆਪਣੇ ਕੈਰੀਅਰ ਪੜ੍ਹਾਈਆਂ ਕਰਕੇ ਆਪਣੀਆਂ ਰੁਚੀਆਂ ਵਿੱਚ ਇਤਨੇ ਗ੍ਰਸਤ ਹਨ ਕਿ ਬਜ਼ੁਰਗਾਂ ਮਾਪਿਆਂ ਜਾਂ ਹੋਰ ਲੋੜਵੰਦਾਂ ਲਈ ਕੋਈ ਵਕਤ ਹੀ ਨਹੀਂ। ਇਹ ਬੁਢਾਪਾ ਹੀ ਤੇ ਹੈ। ਇਸ ਵਿਅੰਗ ਤੋਂ ਕੁਝ ਸਮਝਣ ਦਾ ਯਤਨ ਕਰਦੇ ਹਾਂ। ਇੱਕ ਸ਼ਾਹ ਜੀ ਕੋਲ ਇੱਕ ਤਾਰਾ ਵਜਾਉਣ ਵਾਲਾ ਆਇਆ ਅਤੇ ਸ਼ਾਹ ਜੀ ਨੂੰ ਕਿਹਾ ਕਿ ਮੇਰਾ ਇੱਕ ਤਾਰਾ ਸੁਣੋ। ਸ਼ਾਹ ਜੀ ਨੇ ਕਿਹਾ ਕਿ ਮੇਰੇ ਕੋਲ ਸਮਾਂ ਨਹੀਂ ਹੈ। ਇੱਕ ਤਾਰਾ ਵਜਾਉਣ ਵਾਲਾ ਭੁੱਖਾ ਸੀ, ਉਸਨੇ ਤਰਲਾ ਪਾਇਆ ਤਾਂ ਸ਼ਾਹ ਜੀ ਮੰਨ ਗਏ ਅਤੇ ਕਹਿਣ ਲੱਗੇ ਕਿ ਤੂੰ ਅੱਜ 10 ਰੁਪਏ ਰੱਖ ਲੈ, ਪਰਸੋਂ ਆਈ ਤੇ ਮੈਨੂੰ ਇੱਕ ਤਾਰਾ ਸੁਣਾਈ। ਇੱਕ ਤਾਰਾ ਵਜਾਉਣ ਵਾਲਾ ਮਨੁੱਖ ਪਰਸੋਂ ਦੁਕਾਨ 'ਤੇ ਜਾਂਦਾ ਹੈ ਅਤੇ ਪੁੱਛਦਾ ਹੈ ਕਿ ਸ਼ਾਹ ਜੀ ਕਿੱਥੇ ਹਨ। ਉੱਥੋਂ ਉਸਨੂੰ ਪਤਾ ਲੱਗਦਾ ਹੈ ਕਿ ਸ਼ਾਹ ਜੀ ਦੀ ਮੌਤ ਹੋ ਗਈ ਹੈ ਅਤੇ ਉਹਨਾਂ ਨੂੰ ਸ਼ਮਸ਼ਾਨ ਲੈ ਜਾ ਰਹੇ ਹਨ। ਇੱਕ ਤਾਰਾ ਵਜਾਉਣ ਵਾਲਾ ਸ਼ਮਸ਼ਾਨ ਜਾ ਕੇ ਸ਼ਾਹ ਜੀ ਦੇ ਮ੍ਰਿਤਕ ਦੇਹ ਨੂੰ ਕਹਿੰਦਾ ਹੈ, ਸ਼ਾਹ ਜੀ ਹੁਣ ਤਾਂ ਤੁਹਾਡੇ ਕੋਲ ਸਮਾਂ ਹੀ ਸਮਾਂ ਹੈ, ਆਰਾਮ ਨਾਲ ਇੱਕ ਤਾਰਾ ਸੁਣੋ। ਇੱਕ ਸਿੰਘ ਸਾਹਿਬ ਮੈਨੂੰ ਕਹਿੰਦੇ ਹਨ ਕਿ ਮੇਰੀ 1 ਲੱਖ ਤਨਖਾਹ ਹੈ, ਪਰ ਮੈਨੂੰ ਸਾਰਾ ਦਿਨ ਆਪਣੇ ਮੁਲਾਜ਼ਮਾਂ 'ਤੇ ਗੁੱਸਾ ਕਰਨਾ ਪੈਂਦਾ ਹੈ ਕਿਉਂਕਿ ਮੇਰੇ ਮਾਲਕ ਮੈਨੂੰ ਗੁੱਸਾ ਕਰਦੇ ਹਨ ਅਤੇ ਮੈਂ ਫਿਰ ਦੁੱਗਣਾ ਗੁੱਸਾ ਮੁਲਾਜ਼ਮਾਂ 'ਤੇ ਕੱਢਣਾ ਹਾਂ। ਇੱਕ ਕਹਾਵਤ ਸੁਣਨ ਵਿੱਚ ਆਉਂਦੀ ਹੈ ਕਿ ਉਹ ਕਰੋੜਪਤੀ ਹੋ ਕੇ ਵੀ ਗਰੀਬ ਹੈ ਜਿਸ ਨੂੰ ਦਿਨ ਵਿੱਚ ਗੁੱਸਾ ਕਰਕੇ ਪੈਸੇ ਕਮਾਉਣੇ ਪੈਂਦੇ ਹਨ। ਜਿਸ ਸੱਸ ਨੂੰ ਨੂੰਹ ਨਾਲ ਅਤੇ ਨੂੰਹ ਨੂੰ ਸੱਸ ਨਾਲ ਜਾਂ ਮਾਂ ਪਿਓ ਨੂੰ ਬੱਚਿਆਂ ਨਾਲ ਗੁੱਸਾ ਕਰਕੇ ਘਰ ਚਲਾਉਣਾ ਪੈਂਦਾ ਹੈ, ਬੱਚੇ ਪੜ੍ਹਾਉਣੇ ਪੈਂਦੇ ਹਨ ਜਾਂ ਬੱਚੇ ਭਾਵੇਂ ਪੜ੍ਹ ਲੈਣਗੇ ਅਤੇ ਘਰ ਦਾ ਗੁਜ਼ਾਰਾ ਵੀ ਭਾਵੇਂ ਚੱਲ ਜਾਏਗਾ, ਪਰ ਦਿਲ ਦਾ ਰਿਸ਼ਤਾ ਕਾਇਮ ਨਹੀਂ ਰਹੇਗਾ। ਦਿਲਾਂ ਵਿੱਚ ਵਿੱਥ ਪੈ ਜਾਵੇਗੀ। ਬੱਚੇ ਵੱਡੇ ਹੋ ਕੇ ਕਹਿਣਗੇ ਕਿ ਤੁਹਾਡੇ ਨੇੜੇ ਨਹੀਂ ਬੈਠਣਾ, ਤੁਹਾਨੂੰ ਕਹਿਣਗੇ ਕਿ ਤੁਸੀਂ ਬਹੁਤ ਬੋਲਦੇ ਹੋ। ਇਹਨਾਂ ਗੱਲਾਂ ਬਾਰੇ ਸੋਚੀਏ ਕਿ ਅਸੀਂ ਕਿਹੜੀ ਜੀਵਨ ਜਾਚ ਸਿੱਖ ਰਹੇ ਹਾਂ। ਆਓ ਪਿਛਲਾ ਸ਼ਲੋਕ ਹੁਣ ਵਿਚਾਰੀਏ। ਤਰਨਾ ਪੋ ਇਉਂ ਹੀ ਗਇਓ, ਲਿਓ ਜ਼ਰਾ ਤਨ ਜੀਤ, ਕਹੁ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਮਨੁੱਖ ਉਮਰ ਦੇ ਭਾਵੇਂ ਕਿਸੇ ਵੀ ਪੜਾਅ 'ਤੇ ਹੋਵੇ, ਪਰ ਉਸੇ ਪਲ ਬੁੱਢਾ ਹੈ, ਬਾਵਰਾ ਹੈ, ਜਦੋਂ ਆਪਣੀ ਦੁਨਿਆਵੀ ਹਰ ਕੰਮ ਲਈ ਤਾਂ ਸਮਾਂ ਕੱਢਦਾ ਹੈ, ਉਤਸ਼ਾਹਿਤ ਰਹਿੰਦਾ ਹੈ, ਪਰ ਸੱਚ ਲੈਣ ਲਈ ਆਲਸ ਕਰਦਾ ਹੈ, ਟਾਲਦਾ ਹੈ। ਅਸੀਂ ਸਾਰੇ ਬਾਵਰੇ ਹਾਂ ਜੇ ਅਸੀਂ ਸਮਾਂ ਜ਼ਾਇਆ ਕਰਦੇ ਹਾਂ। ਗੁਰਬਾਣੀ ਦਾ ਕਥਨ ਹੈ, ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਲਾਲਚ, ਝੂਠ, ਬਿਕਾਰ, ਮਹਾਮੰਦ, ਇਹ ਬਿਧ ਔਦ ਬਿਹਾਨ, ਕਹਿ ਕਬੀਰ ਅੰਧ ਕੀ ਬੇਰ ਆਏ, ਲਾਗੋ ਕਾਲ ਨਿਦਾਨ। ਰੋਜ਼ ਰੋਜ਼ ਅੰਤ ਕੀ ਵਾਰ ਉਹ ਵੇਲਾ ਜਦੋਂ ਸੱਚ ਤੈਨੂੰ ਵਿਸਰ ਜਾਂਦਾ ਹੈ, ਤੇਰਾ ਜੀਵਨ ਬੀਤ ਜਾਂਦਾ ਹੈ। ਇਸ ਬੁਢੇਪੇ ਦੀ ਅਵਸਥਾ ਵਿੱਚ ਤੇਰਾ ਸਮਾਂ ਲੰਘ ਰਿਹਾ ਹੈ, ਇਹ ਉਮਰ ਤੇਰੀ ਬੀਤ ਰਹੀ ਹੈ।
ਇੱਥੇ ਬੀਤ ਚੁੱਕੇ ਸਮੇਂ ਦੀ ਗੱਲ ਨਹੀਂ ਹੈ, ਸਗੋਂ ਇਸ ਪੱਖੋਂ ਸਮਝਣਾ ਹੈ ਕਿ ਸਮਾਂ ਬੀਤ ਰਿਹਾ ਹੈ। ਜਿਸ ਨੂੰ ਇਹ ਨੁਕਤਾ ਸਮਝ ਆ ਜਾਂਦਾ ਹੈ ਕਿ ਮੇਰਾ ਵਕਤ ਜ਼ਾਇਆ ਜਾ ਰਿਹਾ ਹੈ, ਉਹ ਬੰਦਾ ਬੇਕਾਰ ਦੀਆਂ ਚੀਜ਼ਾਂ ਤੋਂ ਲਗਾਵ ਆਪ ਹੀ ਖਤਮ ਕਰ ਦਿੰਦਾ ਹੈ। ਜਿਸ ਦੇ ਅੰਦਰ ਸੱਚ ਨੂੰ ਮਿਲਣ ਦੀ ਤੜਪ ਹੈ, ਉਹ ਕਾਮ, ਕ੍ਰੋਧ, ਲੋਭ, ਮੋਹੰਕਾਰ ਤੋਂ ਸੁਚੇਤ ਹੋ ਜਾਂਦਾ ਹੈ। ਜਦੋਂ ਸੁਚੇਤ ਹੋ ਜਾਂਦਾ ਹੈ ਤਾਂ ਇਹ ਹੀ ਆਤਮਕ ਉੱਚਤਾ ਦੀ ਨਿਸ਼ਾਨੀ ਹੈ। ਸੁਚੱਜੀ ਜੀ ਜੀਵਨ ਜਾਚ ਹੈ। ਔਧ ਜਾਤ ਹੈ ਬੀਤ, ਔਧ ਦਾ ਅਰਥ ਹੈ ਦੂਰੀ, ਭਾਵ ਕਿ ਇਹ ਮਨੁੱਖ ਤੇਰੀ ਰੱਬ ਨਾਲ ਦੂਰੀ ਵੱਧਦੀ ਜਾ ਰਹੀ ਹੈ। ਤੂੰ ਕਿਸ ਦੇ ਨਾਲ ਰਚਿਆ ਹੋਇਆ ਹੈ? ਜੇ ਤੇਰਾ ਮਨ ਮੈਲਾ ਹੈ ਤਾਂ ਤੂੰ ਇਹਨਾਂ ਵਿੱਚ ਖਚਿਤ ਰਹਿੰਦਾ ਹੈ। ਛਿਨ ਛਿਨ, ਪਲ ਪਲ, ਘੜੀ ਦੀ ਟਿਕ ਟਿਕ ਨਾਲ ਸਮਾਂ ਬੀਤੀ ਜਾ ਰਿਹਾ ਹੈ। ਛਿਨ ਛਿਨ ਕਰ ਗਇਓ ਕਾਲ, ਤੈਸੇ ਜਾਤ ਆਜ ਹੈ। ਮੌਤ ਤੋਂ ਪਿੱਛੋਂ ਦੀ ਗੱਲ ਨਹੀਂ ਕੀਤੀ ਜਾ ਰਹੀ। ਮਹਿਲਾ ਨੌਵਾਂ ਦੀ ਬਾਣੀ ਉਦਾਸੀਨਤਾ ਬਾਰੇ, ਮਰਨ ਮਗਰੋਂ ਨਰਕਾਂ ਵਿੱਚ ਜਾਣ ਦੇ ਡਰ ਬਾਰੇ ਗੱਲ ਨਹੀਂ ਕਰਦੀ। ਜਾਂ ਮਹਾ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚਲੈ। ਇਹਨਾਂ ਪੰਕਤੀਆਂ ਵਿੱਚ ਮਰਨ ਮਗਰੋਂ ਦੀ ਗੱਲ ਨਹੀਂ ਚੱਲ ਰਹੀ ਕਿ ਜਦੋਂ ਮਰਾਂਗੇ ਫਿਰ 365 ਦਿਨ ਲੱਗਣਗੇ, ਰਸਤੇ ਵਿੱਚ ਕੰਢੇ ਹੋਣਗੇ। ਇਸ ਕਰਕੇ ਜੁੱਤੀਆਂ, ਭਾਂਡੇ, ਬਿਸਤਰਾ, ਮੰਜਾ ਅਤੇ ਦੀਵਾ ਆਦਿ ਦਾਨ ਵਿੱਚ ਦਿਓ। ਤੇਰੀ ਜੀਵਨ ਜਾਂਚ ਵਿੱਚ ਵਿਕਾਰ ਤੈਨੂੰ ਖਿੱਚ ਰਹੇ ਹਨ। ਇਹ ਹਨੇਰੇ ਦਾ ਲਖਾਇਕ ਹੈ। ਨਾਮ ਹੁੰਦਾ ਹੈ ਸੱਚ ਦਾ ਗਿਆਨ। ਉਸ ਸਮੇਂ ਸੱਚ ਦਾ ਗਿਆਨ, ਵਿਵੇਕ, ਬੁੱਧੀ ਕੰਮ ਆਏਗੀ। ਗੁਰਬਾਣੀ ਸੋਚੀ ਦਿੰਦੀ ਹੈ ਕਿ ਅੱਜ ਸੱਚ ਨਾਲ ਜੁੜ ਜਾ।